ਇਹ ਗੱਲ 70ਵੇਂ ਦਹਾਕੇ ਦੀ ਹੈ। PAU ਦਾ ਕੈਂਪਸ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੈਂਪਸ ਦੇ ਵਿੱਚ ਮੈਂ ਸਟੂਡੈਂਟ ਲੀਡਰ ਹੁੰਦਾ ਸੀ ਉਦੋਂ, ਤੇ ਪ੍ਰਿਥੀਪਾਲ ਸਿੰਘ ਰੰਧਾਵਾ ਜਿਹੜੇ ਕਿ ਸਟੂਡੈਂਟ ਲੀਡਰ ਸੀ, ਅਸੀਂ ਦੋਨੇ ਜਾ ਰਹੇ ਸੀ ਤੇ ਸਾਨੂੰ ਉੱਥੇ ਰਸਤੇ 'ਚ ਦਰਸ਼ਨ ਜੈਕ ਹੋਰੀ ਮਿਲ ਗਏ। ਜੀ ਉਹ ਕਹਿਣ ਲੱਗੇ ਵੀ ਤੁਸੀਂ ਸਟੂਡੈਂਟ ਲੀਡਰ ਹੋ ਤੇ ਤੁਹਾਨੂੰ ਇੱਕ ਕੁਛ ਮੈਂ ਸੁਣਾਉਣਾ ਹੈ। ਕਹਿੰਦੇ ਕੀ? ਕਹਿੰਦੇ ਆ ਜਾਓ, ਕੈਰੋਂ ਕਿਸਾਨ ਜਿਹੜਾ ਭਵਨ ਹੈ, ਉਹਨੂੰ ਕੈਰੋਂ ਕਿਸਾਨ ਘਰ 'ਚ ਸਾਨੂੰ ਲੈ ਗਏ ਕਮਰੇ 'ਚ। ਉੱਥੇ ਸੀਗੇ ਵੱਡੀਆਂ ਵੱਡੀਆਂ ਟੇਪ ਰਿਕਾਰਡਰ ਹੁੰਦੇ ਸੀ ਉਦੋਂ, ਵੱਡੇ 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 ਟੇਪ ਰਿਕਾਰਡਰ ਆਏ ਸੀ। ਹਾਂ ਤੇ ਸਕੂਲ ਸਾਨੂੰ ਕਹਿਣ ਲੱਗਿਆ ਵੀ ਇੱਕ ਨਵਾਂ, ਤੁਸੀਂ ਦੋਨੇ ਸਟੂਡੈਂਟ ਲੀਡਰ ਹੋ ਇਸ ਵੇਲੇ ਦੇ, ਇੱਕ ਨਵਾਂ ਕਵੀ ਹੈ ਉਹਦੀ ਤੁਹਾਨੂੰ ਮੈਂ ਨਜ਼ਮ ਸੁਣਾਉਣਾ, ਤੁਸੀਂ ਦੱਸਿਓ ਤੁਹਾਨੂੰ ਕਿਹੋ ਜਿਹੀ ਲੱਗੀ। ਅੱਛਾ ਤੇ ਅਸੀਂ ਕਿਹਾ ਅੱਛਾ, ਕੈਰੋਂ ਕਿਸਾਨ ਘਰ ਦੇ ਕਮਰੇ 'ਚ ਬੈਠ ਕੇ ਉਹਨੇ ਜੀ ਉਹ ਲਾ ਤੀ ਟੇਪ ਔਨ ਕਰਤੀ ਤੇ ਅਸੀਂ ਸੁਣੀ ਉਹ। ਮੈਨੂੰ ਇਹ ਯਾਦ ਨਹੀਂ ਹੈ ਕਿਹੜੀ ਨਜ਼ਮ ਸੀ ਉਹ। ਕਹਿੰਦੇ ਇਹ ਨਵਾਂ ਕਵੀ ਹੈ ਸੁਰਜੀਤ ਪਾਤਰ, ਪਰ ਸੁਰਜੀਤ ਪਾਤਰ ਤਾਂ ਨਹੀਂ ਮੈਨੂੰ ਯਾਦ ਉਦੋਂ ਕਿਹਾ ਕਿ ਨਹੀਂ। ਕਹਿੰਦੇ ਇੱਕ ਨਵਾਂ ਉੱਭਰਿਆ ਉਹ ਉੱਭਰਦਾ ਕਵੀ ਹੈ, ਤੁਸੀਂ ਦੱਸੋ ਕਿਵੇਂ ਲੱਗੀ, ਤੁਸੀਂ ਇਸ ਵੇਲੇ ਦੇ ਯੂਥ ਨੂੰ ਰੀਪ੍ਰੈਜੈਂਟ ਕਰਦੇ ਹੋ। ਅਸੀਂ ਕਿਹਾ ਵੀ ਸਾਨੂੰ ਬਹੁਤ ਪ੍ਰਭਾਵਿਤ, ਬੜੇ ਪ੍ਰਭਾਵਿਤ ਹੋਏ ਅਸੀਂ, ਤੇ ਉਦੋਂ ਸੁਣ ਕੇ ਅਸੀਂ ਬੜੇ ਖੁਸ਼ ਵੀ ਹੋਏ ਵੀ ਬਹੁਤ ਅੱਛੀ ਹੈ ਵਾਕਈ। ਸੋ ਉਹ ਦੌਰ ਵੀ ਉਸ ਵੇਲੇ ਉਹ ਸੀਗਾ ਜਦੋਂ ਪਾਸ਼ ਤੇ ਦੂਸਰੇ ਜਿਹੜੇ ਕਵੀ ਉਹ ਕਾਫੀ ਸਰਗਰਮ ਸੀਗੇ ਹੋਰ। ਬਿਲਕੁਲ ਤੇ ਸੋ ਪਹਿਲੀ ਜਿਹੜੀ ਕਵਿਤਾ ਜਾਂ ਨਜ਼ਮ ਅਸੀਂ ਸੁਰਜੀਤ ਪਾਤਰ ਦੀ, ਸਾਨੂੰ ਇਸ ਤਰ੍ਹਾਂ ਸਬੱਬ ਬਣਿਆ ਸੀ ਸੁਰਜੀਤ ਪਾਤਰ ਨਾਲ ਜਾਣ ਪਛਾਣ ਦਾ। ਉਸ ਤੋਂ ਬਾਅਦ ਤਾਂ ਖੈਰ PAU 'ਚ ਵੀ ਉੱਥੇ ਹੋਰ ਥਾਵਾਂ ਦੇ ਬੜੇ ਸੁਣਦੇ ਰਹੇ ਅਸੀਂ। ਸੋ ਪਹਿਲਾ ਜਿਹੜਾ ਮੈਨੂੰ ਇਹ ਯਾਦ ਨਹੀਂ ਹੈ ਕਿਹੜੀ ਕਵਿਤਾ ਸੀ ਉਹ ਉਸ ਦੌਰ 'ਚ, ਕਿਉਂਕਿ ਸ਼ੁਰੂ ਸ਼ੁਰੂ ਦੀਆਂ ਜਿਹੜੀਆਂ ਤੁਹਾਡੀਆਂ ਕਵਿਤਾਵਾਂ ਸੀਗੀਆਂ। ਤੇ ਸੋ ਉਸ ਤੋਂ ਬਾਅਦ ਤਾਂ ਫਿਰ ਚੱਲ ਸੋ ਚੱਲ ਬਹੁਤ ਕੁਛ ਪੜ੍ਹਿਆ ਸੁਣਿਆ ਦੇਖਿਆ। ਤੇ ਉਹ ਸੁਰਜੀਤ ਪਾਤਰ ਅੱਜ ਸਾਡੇ ਨਾਲ ਨੇ। ਮੈਨੂੰ ਅੱਜ ਜਦੋਂ ਮੈਂ ਇਹਨਾਂ ਦੀ ਇੰਟਰਵਿਊ ਲੈਣੀ ਸੀ ਤਾਂ ਮੈਨੂੰ ਉਹ ਘਟਨਾ ਯਾਦ ਆ ਗਈ।